सत श्री अकाल जी, की हाल चाल। नवें ब्लॉग च तुहाडा फिर तो स्वागत है। दोस्तों अज वीडियो तीन चार दिन बाद आ रही है क्योंकि मैं गया सी रिश्तेदारी च सहुरियां दी, ते उत्थे लग गए तीन चार दिन। तुहानूं पता है फिर उत्थे सहुरियां दे जाइए तां तीन चार दिन लग ही जांदे। एक उत्थे फंक्शन सीगा उह अटेंड करके अज आए हां वापस। ते प्रधान साहब अपने पिछे जसविंदर प्रधान, किवें प्रधान साहब? वधिया वधिया वधिया। ਤੇ ਮੈਂ ਜਦੋਂ ਗਿਆ ਸੀ ਨਾ ਰਿਸ਼ਤੇਦਾਰੀ 'ਚ, ਤੇ ਮੈਂ ਲਾ ਕੇ ਗਿਆ ਸੀ ਪਾਣੀ, ਤੇ ਕਾਲ ਕਾਲ 'ਚ ਕੀ ਹੋਇਆ ਵੀ ਪਾਣੀ ਮੈਂ ਲਾਤਾ ਵੱਧ, ਤੇ ਉਹ ਦੇਖਣਾ ਆ। ਕਿਤੇ ਕਿਤੇ ਤਾਂ ਗਿਆ ਸੁੱਕ ਪਾਣੀ, ਕਿਤੇ ਕਿਤੇ ਹਜੇ ਕਾਫੀ ਖੜਾ ਆ, ਤੇ ਟੈਨਸ਼ਨ ਵੀ ਹੋਈ ਜਾਂਦੀ ਆ ਕਿਉਂਕਿ ਪਹਿਲਾਂ ਵੀ ਪਾਣੀ ਦੀ ਦਬਾਅ 'ਚ ਆ ਗਈ ਸੀ ਕਣਕ, ਤੇ ਹੁਣ ਫਿਰ ਪਾਣੀ ਜ਼ਿਆਦਾ ਲੱਗ ਗਿਆ। ਹਾਲਾਂਕਿ ਲੱਗਿਆ ਤਾਂ ਮੋਟਰ ਦਾ, ਜੇ ਨਹਿਰ ਦਾ ਹੁੰਦਾ ਤੇ ਬਾਕੀ। ਹੁਣ ਮੋਟਰ ਦਾ ਪਾਣੀ ਲਾਇਆ, ਤੇ ਵਾਹਿਗੁਰੂ ਭਲਾ ਕਰੇ ਜਲਦੀ ਤੋਂ ਜਲਦੀ ਸੁੱਕ ਜੇ। ਕੌਂ ਜਸਵਿੰਦਰ, ਕੋਈ ਨੁਕਸਾਨ ਤਾਂ ਨਹੀਂ ਹੁੰਦਾ ਹੁਣ? ਉਹ ਹੁਣ ਕਿਤੇ ਕਿਤੇ ਨਾ ਕਣਕ ਸਪਰੇਆਂ ਬਹੁਤ ਕਰਤੀਆਂ ਜਸਵਿੰਦਰ ਯਾਰ। ਅਵੇ ਇਹਨਾਂ ਦੇ ਕਣਕ ਪਾਣੀ ਖੜਾ ਆ ਵੇ। ਇੱਧਰ ਬਾਈਆਂ ਨੇ ਆ ਤੀਜਾ ਪਾਣੀ ਲਾਤਾ ਜੀ ਇਸ ਕਣਕ ਨੂੰ, ਗੁਆਂਢੀਆਂ ਨੇ ਸਾਡਿਆਂ ਨੇ 86 ਲੱਗਦਾ ਮੈਨੂੰ ਕਣਕ। ਇਹ 86 ਕਣਕਾ, ਤੇ ਤੇਰੀ ਕਿਹੜੀ ਲਾਇਆਗਾ? ਕੁਛ ਨਹੀਂ ਹੁੰਦਾ ਇਹਨੂੰ ਫਰਕ ਪੈਂਦਾ, ਪਾਣੀ ਨੋਰਮਲ ਹੀ ਸੀ। ਕਹਿੰਦੇ ਹੁੰਦੇ ਨਾ ਜੱਟ ਦੀ ਜੂਣ ਬੁਰੀ, ਤਰਸ ਤਰਸ ਮਰ ਜਾਣਾ। ਜੱਟ ਦੀ ਜੂਣ ਹੀ ਬੁਰੀ ਆ, ਇੱਕ ਤਾਂ ਸਰਕਾਰਾਂ ਨੇ ਲਹੂ ਪੀਤਾ, ਇੱਕ ਉਧਰੋਂ ਮੋਦੀ ਅੜਿਆ ਖੜਾ, ਤੇ ਉਧਰੋਂ ਪੈਲੀਆਂ ਪਾਣੀ ਨਹੀਂ ਸਕਾਉਂਦੀਆਂ। ਆਹ ਵੇਲਾ ਕਣਕ ਪੂਰੀ 86 ਵੇਲਾ ਨਾ ਆਣਾ ਕਣਕ ਬਾਈ ਜਮਾਂ ਦਬ ਗਈ ਸੀ, ਜਮਾਂ ਜੀਰੋ ਹੋ ਗਈ ਸੀ ਕਣਕ। ਮੈਂ ਬੀਜੀ ਵੀ ਜੀਰੋ ਡਰੈਲ ਨਾਲ, ਬੀਜੀ ਜੀਰੋ ਡਰੈਲ ਨਾਲ ਬਹੁਤ ਸੋਹਣੀ ਉੱਗੀ, ਪਰ ਨਾ ਬੰਦੇ ਨੇ ਇੰਨੀ ਮਿਹਨਤ ਕੀਤੀ, ਸਚੈਨ ਸਿੰਘ ਆ ਬਾਈ ਦਾ ਨਾਂ, ਬਹੁਤ ਮਿਹਨਤ ਕੀਤੀ ਆ। ਹੁਣ ਇਹ ਪੈਲੀ 60,000 ਨੂੰ ਠੇਕੇ 'ਤੇ ਆ ਉਹ ਬੰਦੇ ਕੋਲ, ਤੇ ਉਹ 60,000 ਚ ਉਹਨੇ ਜਿੰਨੀ ਸਪਰੇਆਂ, ਮੈਂ ਨਾ ਹਫ਼ਤੇ 'ਚ ਦੋ ਸਪਰੇਆਂ ਕੀਤੀਆਂ ਬਾਈ ਨੇ, ਮੈਂ ਨਾ ਘੱਟੋ ਘੱਟ ਨਾ 7-8 ਸਪਰੇਆਂ ਕੀਤੀਆਂ ਨੇ ਜਸਵਿੰਦਰ ਨੇ। ਇਹ ਕਣਕ ਤਾਂ ਸੋਹਣੀ ਖੜੀ, ਕਾਲੀ ਖੜੀ, ਕਰਤੀ ਕਾਲੀ ਬਾਈ ਨੇ ਸਪਰੇਆਂ, ਆਪਾਂ ਕਿਹੜਾ ਥੋੜੀਆਂ ਕੀਤੀਆਂ ਨੇ। ਵਾਹਿਗੁਰੂ ਅੱਗੇ ਅਰਦਾਸ ਆ ਵੀ ਧੁੱਪਾਂ ਲੱਗਣ 2 ਦਿਨ, ਪਰ ਉਹ ਗੈਰੇ ਨੂੰ ਲੱਗ ਗਿਆ ਪਾਣੀ ਦੁਬਾਰਾ। ਹੈ ਆਹ ਕਣਕ ਹੋਏ 270 ਆ ਯਾਰ, ਵੇਖ ਲਾ ਪਾਣੀ ਬੁਲਾਉਣ ਨਾਲ ਨਾ ਕਣਕ ਬਣ ਗਈ ਆ, ਹਨਾ ਵੇਖ ਤੂੰ ਯਾਰ। ਹਾਈਟ ਨਹੀਂ ਕੀਤੀ ਜਸਵਿੰਦਰ ਨੇ ਯਾਰ, ਨਿੱਕੀ ਨਿਸਰਾਈ ਦੇਖੋ, ਖੁੱਡ ਪੈ ਗਈ ਇੱਥੇ। ਨਹੀਂ ਬਾਈ ਆ ਵੇਖ ਚੱਲੇ, ਗੁਆਂਢੀ ਵੀ ਭਾਰੀ ਦਿੰਦੇ, ਚਲੋ ਕੋਈ ਨੀ, ਪਾਣੀ ਚੋਰ ਹੁੰਦਾ ਹਨਾ, ਕਿਸੇ ਦਾ ਜੀ ਤਾਂ ਕਰਦਾ ਨੀ ਗਾ ਵੀ ਪੈ ਜੇ, ਪਰ ਹੁਣ ਪੈ ਜਾਂਦਾ ਕੀ ਕਰੀਏ। ਕਿਉਂ ਜਸਵਿੰਦਰ ਭਰੀ ਆ ਕਿਸੇ ਦੀ ਜਸਵਿੰਦਰ ਤੂੰ? ਯਾਰ ਮੇਰਾ ਵਾਹਣ ਬਾਹਲਾ ਉੱਚਾ, ਮੇਰੇ ਤੋਂ ਵਧੋ ਵਧੀ ਖੁੱਡ ਪੈ ਜਾਂਦੀ ਯਾਰ, ਖੁੱਡ ਧਿਆਨ ਕੀ ਆ। ਮੈਂ ਕੱਲ ਹੁਣ ਸਾਰਾ ਦਿਨ ਰਿਹਾ, ਸਾਰੀ ਰਾਤ ਰਿਹਾ, ਪਾਣੀ ਖੜਾ ਰਿਹਾ ਵਿੱਚ, ਪਾਣੀ ਵਾਧੂ ਮਿਲ ਜਾ ਮੋਗਾ ਸਵੇਰ ਦਾ ਵੇਲੇ। ਪਿਛਲੇ ਵਾਰੀ ਕੀ ਹੋਇਆ, ਸਾਰਾ ਦਿਨ ਸਾਰੀ ਰਾਤ ਮੈਂ ਪਾਣੀ ਲਾਇਆ ਕਿਉਂਕਿ ਮੋਟਰਾਂ ਦਾ ਸੀਗਾ, ਤੇ ਜਦੋਂ ਅੱਪੜਵਾਣ ਭਰਨਾ ਹੋਵੇ, ਮੇਰੀ ਤਾਂ ਗੱਲ ਸੁਣ, ਜਦੋਂ ਅੱਪੜਵਾਣ ਭਰਨਾ ਹੋਵੇ ਨਾ ਟਾਈਮ ਤਾਂ ਲੱਗਦਾ ਹੀ ਆ, ਤੇ ਮੈਂ ਨਾ ਸ਼ਾਮ ਤੱਕ ਗੇੜਾ ਮਾਰਿਆ, ਕੋਈ ਖੁੱਡ ਨਾ ਪਈ। 2 ਦਿਨ ਮੈਂ ਆਇਆ ਨਹੀਂ, ਤੇ ਤੀਜੇ ਦਿਨ ਉਹ ਵੀ ਤੀਜੇ ਦਿਨ ਵੇਖਿਆ ਤੇ ਗੁਆਂਢੀਆਂ ਦਾ ਵਾਹਣ ਭਰਿਆ ਪਿਆ, ਉਹ ਆਖਣ ਯਾਰ ਤੂੰ ਵੇਖਿਆ ਨਹੀਂ, ਧਿਆਨ ਨਹੀਂ ਦਿੱਤਾ, ਹੁਣ ਬੰਦਾ ਕੀ ਕਰੂ। ਤਾਂ ਹੀ ਤਾਂ ਕਹਿੰਦੇ ਹੁੰਦੇ ਨਾ ਪਾਣੀ ਚੋਰ ਹੁੰਦਾ। ਆਹ ਜਿਹੜੀ ਪੱਖੀ ਨਾ ਜਸਵਿੰਦਰ, ਆਹ ਪੱਖੀ ਨਹੀਂ ਬਾਲਦੀ, ਤੂੰ ਪਤਾ ਕੀ ਗੱਲ, ਤੂੰ ਕੋਰ ਪਵਾ ਦੇ ਥੋੜੀ ਕੋਰ ਯਾਰ, ਮਹਿੰਗੀ ਬੜੀ ਆ ਪ੍ਰਧਾਨ, ਪੈਸੇ ਪਤਲੀ ਪਤਲੀ ਪਵਾ ਦੇ ਨਾ, ਪਤਲੀ ਪਤਲੀ ਕੋਰ ਕੋਰ ਪ੍ਰਧਾਨ ਕਹਿੰਦਾ ਕੋਰ ਪਵਾ ਦਈਏ, ਕੋਰ ਨਾ ਤੇ ਤੂੰ ਤਾਂ ਐਂ ਕਹਿ ਛੱਡਦਾ ਜਿਵੇਂ ਭੈਣ ਨੇ ਪੈਸੇ ਸਾਡੇ ਗਾ ਸਾਂਭੇ ਪਏ ਹੁੰਦੇ ਹਨਾ, ਕੋਰ ਪਵਾ ਦੇ। ਕੋਰ ਦਾ ਟਰਾਲਾ ਪਤਾ ਕਿੰਨਾ, 700 ਦਾ ਬਾਈ ਟਰਾਲਾ ਕੋਰ ਦਾ, 700 ਰੁਪਏ ਦਾ, ਤੇ ਫਸਲ ਵੀ ਆਪਾਂ ਹੀ ਚੱਕਣੀ ਆ, ਫਸਲ ਚੱਕਣਾ ਕੀ ਫਸਲ ਯਾਰ ਭੈਣ ਦੇ ਨਾਲ, 700 ਦਾ ਟਰਾਲਾ ਪਵਾ ਕੇ 7 ਸਾਲਾਂ 'ਚ ਸਾਲਾ ਉਹ ਪੂਰਾ ਹੋਣਾ, ਉਹ ਵੀ ਜੇ ਮੋਦੀ ਵਰਗਾ ਫਿਰ ਸੁਣਦੇ ਮੇਰੇ ਤੋਂ। ਪੱਕਦੇ ਤੱਕ ਪਾਣੀ ਨਾ ਲਾਈ, ਪੱਕਦਿਆਂ ਤੱਕ ਲੱਗਣਾ ਹੀ ਨਹੀਂ ਹੁਣ, ਲੱਗਣਾ ਹੀ ਨਹੀਂ ਹੁਣ, ਬਸ ਲੱਗ ਗਿਆ ਜਿਹੜਾ ਲੱਗਣਾ ਸੀਗਾ। ਕਿਉਂ ਜੀ, ਲਓ ਜੀ ਕਣਕ ਤੇ ਮਾਰ ਲਿਆ ਗੇੜਾ, ਆਪਾਂ 4 ਸਪੇਰੇ ਦੇਖ ਲਈ ਆ, 3-4 ਦਿਨਾਂ ਬਾਅਦ ਆਏ ਸੀਗੇ ਹੈ ਪ੍ਰਧਾਨ ਨਾਲ, ਟੋਕਾ ਜਾਂਦਾ ਕਿੱਦਾਂ ਬਾਈ, ਟੁੱਕ ਜੂਗਾ ਤੇ ਨਾ ਜਾਂਦਾ। ਇਹ ਕੌਣ ਆ, ਇਹ ਕੌਣ ਸੀ ਇਹ ਜਿਹੜੇ ਜਾਂਦੇ ਪਏ ਸੀ? ਪਿੰਡੋ ਹੀ ਆਪਣੇ। ਅੱਛਾ ਅੱਛਾ, ਚੱਲਦੇ ਆ ਜੀ ਘਰੇ, ਤੇ ਵਲੌਗ ਕਰਾਂਗੇ ਅਪਲੋਡ, ਠੀਕ ਹੈ। ਇੰਨਾ ਹੀ ਆ ਯਾਰ, ਟਾਈਮ ਨਿਕਲਦਾ ਘੱਟ, ਪ੍ਰਧਾਨ ਕੋਲ ਵੀ ਦੁਕਾਨਦਾਰੀ ਆ ਤੇ ਮੇਰੇ ਕੋਲ ਵੀ ਆ, ਹਾਂਜੀ, ਤੇ ਸੋਚਣਾ ਪੈਂਦਾ। ਲਓ ਜੀ ਅੱਜ ਤਾਂ ਇੰਨਾ ਹੀ ਆ,
चैनल करते रहो सबसक्राइब, प्रधान हूँ तुम मिलता रहो वीडियो। चंगा जी, ओके बाय, टाटा, लव यू।